ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ। ਹੋਰ ਸੁਣਾਓ, ਤੁਹਾਡਾ ਕੀ ਹਾਲ ਚਾਲ ਆ? ਚਲੋ ਜੀ, ਹੁਣ ਵੱਜ ਗਏ ਨੇ ਸ਼ਾਮ ਦੇ 5:30 ਅਤੇ ਆਪਾਂ ਨੇ ਕੱਪੜੇ ਧੋ ਕੇ ਨਾ ਸੁੱਕਣੇ ਪਾ ਦਿੱਤੇ ਨੇ। ਦੇਖੋ ਜੀ, ਸਵੇਰੇ ਸਵੇਰੇ ਨਾ ਬਹੁਤ ਜ਼ਿਆਦਾ ਧੁੰਦ ਪਈ ਹੁੰਦੀ ਹੈ ਅਤੇ ਵਿਹੜਾ ਇੰਨਾ ਜ਼ਿਆਦਾ ਗਿੱਲਾ ਹੁੰਦਾ ਨਾ, ਬਹੁਤ ਜ਼ਿਆਦਾ। ਮੈਂ ਚਲੋ ਹੁਣ ਕੱਪੜੇ ਧੋ ਦਿੰਦੇ ਹਾਂ, ਉਸ ਤੋਂ ਮਗਰੋਂ ਮੈਂ ਚਲੋ ਵੀ ਸਵੇਰੇ ਸਾਜਰੇ ਬਾਹਰ ਸੁੱਕਣੇ ਪਾ ਦੇਵਾਂਗੇ। ਦੇਖੋ ਜੀ, ਮੇਰੀ ਇੱਕ ਸਬਸਕ੍ਰਾਈਬਰ ਭੈਣ ਦਾ ਫੋਨ ਆਇਆ ਤਾਂ ਉਹ ਕਹਿੰਦੀ, ਦੀਦੀ ਅਸੀਂ ਨਾ ਇੱਧਰ ਲੁਧਿਆਣੇ ਕੰਨੀ ਆਏ ਹੋਏ ਹਾਂ ਅਤੇ ਆਪਾਂ ਨੇ ਨਾ ਤੁਹਾਨੂੰ ਮਿਲਣ ਵਾਸਤੇ ਆਉਣਾ। ਚਲੋ ਜੀ, ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਆ ਅਤੇ ਉਹਨਾਂ ਨੇ ਆਉਣਾ ਹੈ ਅਤੇ ਆਪਾਂ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਨਾ ਸਬਜ਼ੀ ਬਣਾ ਕੇ ਕੰਮ ਨਿਬੇੜ ਲਈਏ, ਉਸ ਤੋਂ ਮਗਰੋਂ ਨਾ ਫਿਰ ਬੈਠ ਕੇ ਗੱਲਾਂ ਬਾਤਾਂ ਕਰਾਂਗੇ, ਨਾਲੇ ਤੁਹਾਨੂੰ ਆਪਾਂ ਆਪਣੇ ਸਬਸਕ੍ਰਾਈਬਰ ਭੈਣ ਨਾਲ ਮਿਲਾਵਾਂਗੇ। ਅਤੇ ਉਹਨਾਂ ਨੇ ਨਾ ਨਿਊਜ਼ੀਲੈਂਡ ਤੋਂ ਆਏ ਹੋਏ ਆ ਅਤੇ ਇੱਧਰ ਉਹ ਲੁਧਿਆਣੇ ਕੰਨੀ ਗਏ ਹੋਏ ਆ ਰਿਸ਼ਤੇਦਾਰੀ 'ਚ ਮਿਲਣ ਵਾਸਤੇ। ਚਲੋ ਜੀ, ਹੁਣ ਆਪਾਂ ਚੱਲਦੇ ਹਾਂ ਰਸੋਈ 'ਚ ਅਤੇ ਆਪਾਂ ਪਹਿਲਾਂ ਬਣਾਈਏ ਸਬਜ਼ੀ ਅਤੇ ਆਪਾਂ ਜੇ ਉਹਨਾਂ ਨੇ ਰੋਟੀ ਖਾਣੀ ਹੋਈ ਨਾ ਅਤੇ ਆਪਾਂ ਸਾਰੀ ਤਿਆਰੀ ਕਰ ਲੈਂਦੇ ਹਾਂ। ਆਪਾਂ ਨੇ ਇੱਕ ਬਣਾਈ ਆ ਮਟਰ ਪਨੀਰ ਦੀ ਸਬਜ਼ੀ, ਇੱਕ ਬਣਾਈ ਆਪਾਂ ਨੇ ਮਿਕਸ ਸਬਜ਼ੀ ਅਤੇ ਆਪਾਂ ਨਾ ਇੱਕ ਬਣਾਵਾਂਗੇ ਰਾਇਤਾ ਅਤੇ ਨਾਲ ਨੂੰ ਹੋ ਜਾਵੇਗੇ ਬਾਸਮਤੀ ਚੌਲ। ਦੇਖੋ ਜੀ, ਰੋਟੀ ਦਾ ਤਾਂ ਬਣਦਾ ਹੀ ਹੈ ਜਦੋਂ ਇੰਨੀ ਦੂਰ ਤੋਂ ਆਉਣਾ ਹੋਵੇ। ਜਦੋਂ ਉਹ ਆ ਗਏ ਨਾ ਆਪਾਂ ਤੁਹਾਨੂੰ ਉਹਨਾਂ ਨਾਲ ਵੀ ਮਿਲਾਵਾਂਗੇ। ਦੇਖੋ ਜੀ, ਇੰਨੀ ਜ਼ਿਆਦਾ ਖੁਸ਼ੀ ਹੋਈ ਨਾ ਜਦ ਮੇਰੀ ਭੈਣ ਨੇ ਮੈਨੂੰ ਫੋਨ ਕੀਤਾ, ਕਹਿੰਦੇ ਦੀਦੀ ਵੀ ਅਸੀਂ ਤੁਹਾਨੂੰ ਜ਼ਰੂਰ ਮਿਲ ਕੇ ਜਾਣਾ ਹੈ। ਚਲੋ ਜੀ, ਹੁਣ ਆਪਾਂ ਲਾ ਲਈਏ ਤੜਕਾ ਅਤੇ ਫਿਰ ਆਪਾਂ ਨਾ ਫਿਰ ਤੁਹਾਨੂੰ ਮਿਲਾਵਾਂਗੇ। ਇਹ ਮੌਸਮ ਬਹੁਤ ਜ਼ਿਆਦਾ ਠੰਡਾ ਹੋ ਗਿਆ ਅਤੇ ਮੈਂ ਹੁਣੇ ਨਾ ਕੱਪੜੇ ਧੋ ਕੇ ਹਟੀ ਤੀ ਅਤੇ ਇੰਨੀ ਜ਼ਿਆਦਾ ਧੁੰਦ ਹੋਈ ਵੀ ਨਾ ਬਹੁਤ ਜ਼ਿਆਦਾ। ਦੇਖੋ ਜੀ, ਕੱਪੜੇ ਨਾ ਗਿੱਲੇ ਪਏ ਆ, ਬਿਲਕੁਲ ਵੀ ਨਹੀਂ ਸੁੱਕੇ ਹੈਗੇ, ਹਲੇ ਥੋੜ੍ਹਾ ਕੁ ਟਾਈਮ ਹੋਇਆ ਇਹਨਾਂ ਨੂੰ ਪਾਇਆ ਨੂੰ ਅਤੇ ਨਾ ਬਿਲਕੁਲ ਹਵਾ ਚੱਲਦੀ ਆ। ਚਲੋ ਜੀ, ਕੱਪੜੇ ਵੀ ਇੰਨੇ ਜ਼ਿਆਦਾ ਹੋ ਗਏ ਅਤੇ ਨਾ ਬਹੁਤ ਜ਼ਿਆਦਾ। ਚਲੋ ਹੁਣ ਆਪਾਂ ਤਾਰ ਕੇ ਨਾ ਅੰਦਰ ਪਾਉਂਦੇ ਹਾਂ ਅਤੇ ਆਪਾਂ ਛੇਤੀ ਸੁਕਾਉਣ ਦਾ ਨਾ ਇੱਕ ਲਾ ਲਿਆ ਇੱਕ ਨਵਾਂ ਜੁਗਾੜ ਅਤੇ ਉਹ ਤਾਂ ਬਿਨਾਂ ਦਾ ਕੱਪੜੇ ਬਿਲਕੁਲ ਵੀ ਸੁੱਕਣੇ ਨਹੀਂ ਹੈਗੇ। ਦੇਖੋ ਜੀ, ਨਾ ਕੋਈ ਤੌਲੀਆ ਸੁੱਕਾ ਹੈ ਨਾ ਕੋਈ ਕੱਪੜਾ ਪਾਉਣ ਵਾਲਾ ਸੁੱਕਾ ਹੈ, ਜੇ ਆਪਾਂ ਨੇ ਜਲਦੀ ਤੋਂ ਜਲਦੀ ਕੱਪੜੇ ਸੁਕਾਉਣੇ ਆ ਨਾ। ਚਲੋ ਜੀ, ਆਪਾਂ ਪਹਿਲਾਂ ਕੱਪੜੇ ਤਾਰੀਏ, ਕੱਪੜੇ ਤਾਰ ਕੇ ਫਿਰ ਆਪਾਂ ਇਹਨਾਂ ਨੂੰ ਅੰਦਰ ਲੈ ਕੇ ਚੱਲੀਏ। ਹੁਣ ਆਪਾਂ ਨੇ ਸਾਰੇ ਕੱਪੜੇ ਤਾਰ ਲਏ ਹਾਂ, ਤਾਰ ਕੇ ਨਾ ਆਪਾਂ ਨੇ ਇੱਕ ਨਾ ਟੋਕਰੀ ਦੇ ਵਿੱਚ ਪਾ ਲਏ ਹਾਂ। ਦੇਖੋ ਜੀ, ਇੰਨੀ ਜ਼ਿਆਦਾ ਧੁੰਦ ਹੋਈ ਪਈ ਹੈ ਨਾ, ਕੁਛ ਵੀ ਦਿਖਾਈ ਨਹੀਂ ਦੇ ਦਿੰਦਾ ਹੈਗਾ। ਆਪਾਂ ਨੇ ਹੁਣ ਟੋਕਰੀ 'ਚ ਕੱਪੜੇ ਪਾ ਲਏ ਹਾਂ, ਹੁਣ ਆਪਾਂ ਲੈ ਚੱਲਦੇ ਇਹਨਾਂ ਨੂੰ ਅੰਦਰ। ਜਿਹੜੇ ਹੁਣ ਆਪਣੇ ਬਾਕੀ ਕੱਪੜੇ ਰਹਿ ਗਏ ਨੇ ਉਹਨਾਂ ਨੂੰ ਵੀ ਹੁਣ ਤਾਰ ਲੈਂਦੇ ਹਾਂ। ਉਹਨਾਂ ਨੂੰ ਤਾਰ ਕੇ ਨਾ ਫਿਰ ਸਾਰੇ ਕੱਪੜੇ ਨਾ ਅੰਦਰ ਇਕੱਠੇ ਹੀ ਪਾ ਦੇਵਾਂਗੇ। ਦੇਖੋ ਜੀ, ਇੰਨੇ ਜ਼ਿਆਦਾ ਗਿੱਲੇ ਕੱਪੜੇ ਪਏ ਨਾ, ਕੋਟ ਜਿਵੇਂ ਪਸ਼ਮ ਦੇ ਕੱਪੜੇ ਆ ਇਹਨਾਂ ਦੇ ਨਾ ਬਿਲਕੁਲ ਵੀ ਇੰਨਾ ਪਾਣੀ ਨਾ ਵਿੱਚੋਂ ਜਮ੍ਹਾਂ ਨਹੀਂ ਸੁੱਕਦਾ ਹੈਗਾ, ਇੰਨਾ ਜ਼ਿਆਦਾ ਬੁਰਾ ਹਾਲ ਹੋਇਆ ਪਿਆ। ਜੇ ਤਾਂ ਧੁੱਪ ਨਿਕਲੇ ਤਾਂ ਬਾਹਰ ਕੱਪੜੇ ਸੁੱਕ ਜਾਣ ਵਧੀਆ, ਹੁਣ ਅੰਦਰੇ ਕੱਪੜੇ ਸੁਕਾਉਣੇ ਆ, ਬਹੁਤ ਔਖਾ ਹੋ ਜਾਂਦਾ ਸਰਦੀਆਂ ਦੇ ਵਿੱਚ ਤਾਂ। ਚਲੋ ਜੀ, ਆਪਾਂ ਨੇ ਨਾ ਹੁਣ ਥੋੜ੍ਹੇ ਜਿਹੇ ਕੱਪੜੇ ਪਾ ਦਿੱਤੇ ਨੇ ਅਤੇ ਬਾਕੀ ਰਹਿੰਦੇ ਨੇ, ਇਹ ਵੀ ਆਪਾਂ ਸਟੈਂਡ 'ਤੇ ਪਾ ਦਿੰਦੇ ਹਾਂ। ਦੇਖੋ ਜੀ, ਧੁੱਪ ਦਾ ਤਾਂ ਕੋਈ ਨਾ ਨੌਂ ਨਿਸ਼ਾਨ ਹੈਗਾ ਹੀ ਨਹੀਂ ਹੈਗਾ, ਪਤਾ ਨਹੀਂ ਕਦੋਂ ਧੁੱਪ ਨਿਕਲੂਗੀ ਕਿੱਥੋਂ ਨਹੀਂ, ਅਤੇ ਕੱਪੜਿਆਂ ਬਿਨਾਂ ਤਾਂ ਨਾ ਬਿਲਕੁਲ ਵੀ ਨਹੀਂ ਸਰਦਾ ਹੈਗਾ, ਇੰਨੇ ਜ਼ਿਆਦਾ ਕੱਪੜੇ ਇਕੱਠੇ ਹੋ ਗਏ ਨਾ। ਜੇ ਤਾਂ ਹੋਵੇ ਹੁਣ ਸਰਦੀਆਂ ਕਰਕੇ ਨਾ ਜ਼ਿਆਦਾ ਹੋ ਜਾਂਦੇ, ਵਿੱਚ ਟੋਪੀਆਂ ਹੋ ਜਾਂਦੀਆਂ, ਵਿੱਚ ਜੈਕਟਾਂ ਹੋ ਜਾਂਦੀਆਂ, ਜਰਾਬਾਂ, ਇਹਨਾਂ ਕਰਕੇ ਨਾ ਫਿਰ ਕੱਪੜੇ ਬਹੁਤ ਜ਼ਿਆਦਾ ਵੱਧ ਜਾਂਦੇ ਆ। ਅਤੇ ਆਪਾਂ ਨੇ ਜਿਹੜੀ ਨਾ ਡਬਲ ਰੱਸੀ ਬੰਨੀ ਹੋਈ ਆ ਨਾ, ਇਹ ਵੀ ਚੰਗੀ ਤਰ੍ਹਾਂ ਇਹਨੂੰ ਭਰ ਦਿੱਤੀ ਹੈ ਅਤੇ ਸਟੈਂਡ ਵੀ ਬਹੁਤ ਜ਼ਿਆਦਾ ਕੰਮ ਸਾਰਦਾ ਹੈ ਅਤੇ ਲਾਈਟ ਦਾ ਵੀ ਨਾ ਹੈਗਾ, ਇਹ ਕੱਟ ਲੱਗਿਆ ਹੋਇਆ ਸਵੇਰ ਦਾ, ਬਸ ਹੁਣੀ ਉਹ ਆਈ ਹੈ 5 ਮਿੰਟ ਪਹਿਲਾਂ ਲਾਈਟ, ਅਤੇ ਆਪਾਂ ਹੁਣ ਚਲਾ ਦੇਵਾਂਗੇ, ਨਾਲੇ ਚਲਾ ਦਾਂਗੇ ਪੱਖਾ। ਅਤੇ ਆਪਾਂ ਅੱਜ ਇੱਕ ਤਰੀਕਾ ਹੋਰ ਕਰਨਾ ਹੈ ਅਤੇ ਉਹ ਵੀ ਆਪਾਂ ਤੁਹਾਨੂੰ ਦੱਸਦੇ ਹਾਂ, ਪਹਿਲਾਂ ਮੈਂ ਪਾ ਦੇਵਾਂ ਕੱਪੜੇ ਅਤੇ ਆਪਾਂ ਨੇ ਨਾ ਜਲਦੀ ਤੋਂ ਜਲਦੀ ਕੱਪੜੇ ਸੁਕਾਉਣੇ ਆ। ਕੋਟੀਆਂ, ਸ਼ਾਲ, ਪਾਸ਼ਮ ਦੇ ਕੱਪੜੇ ਇੰਨੇ ਜ਼ਿਆਦਾ ਕੋਈ ਪਏ ਨਾ, ਭਾਰੀ ਭਾਰੀ ਕੱਪੜੇ, ਧੁੱਪ ਦਾ ਇੰਨਾ ਔਖਾ ਹੋਇਆ ਪਿਆ ਨਾ, ਕਹਿੰਦੇ ਹੁੰਦੇ ਵੀ ਲੋਹੜੀ ਦੇ ਬਾਅਦ ਧੁੱਪ ਨਿਕਲੇ ਆਉਂਦੀ ਹੈ, ਬਿਲਕੁਲ ਵੀ ਧੁੱਪ ਨਹੀਂ ਨਿਕਲਦੀ, ਮਾੜਾ ਜਿਹਾ ਚਮਕਾਰਾ ਜਿਹਾ ਨਿਕਲਦਾ ਹੈ, ਫਿਰ ਇਸ ਤਰ੍ਹਾਂ ਹੀ ਹੋ ਜਾਂਦਾ ਮੌਸਮ।
ਕਿੱਥੇ ਪਾਵਾਂ। ਦੇਖੋ ਜੀ ਇਹ ਸਟੈਂਡ ਦੀ ਤਾਂ ਇੰਨੀ ਜ਼ਿਆਦਾ ਮੌਜ ਹੋਈ ਵੀ ਨਾ, ਬਹੁਤ ਜ਼ਿਆਦਾ ਸਟੈਂਡ ਦੀ ਮੌਜ ਹੋਈ ਵੀ ਹੈ। ਜਿੰਨੇ ਮਰਜ਼ੀ ਕੱਪੜੇ ਹੋਵੇ ਐਨ ਵਧੀਆ ਚਾਰੇ ਪਾਸੇ ਤੇ ਆਪਾਂ ਨੇ ਨਾ ਐਨ ਚੰਗੀ ਤਰ੍ਹਾਂ ਭਰ ਦਿੱਤੇ ਨੇ। ਮੈਂ ਕਹਿੰਦੀ ਹਾਂ ਜੇ ਹੱਥ ਨਾਲ ਨਿਚੋੜ ਕੇ ਆਪਾਂ ਪਾਈਏ ਨਾ ਕੱਪੜੇ, ਫਿਰ ਤਾਂ ਮੈਂ ਕਹਿੰਦੀ ਹਾਂ 2 ਮਹੀਨੇ ਨਾ ਕੱਪੜੇ ਸੁੱਕਣ। ਹੁਣ ਤਾਂ ਇੰਨੀ ਜ਼ਿਆਦਾ ਸਹੂਲਤਾਂ ਹੋਈਆਂ ਹੋਈਆਂ ਮਸ਼ੀਨਾਂ ਦੇ ਵਿੱਚ, ਕੱਪੜੇ ਐਨ ਬਹੁਤ ਵਧੀਆ ਸੁੱਕ ਜਾਂਦੇ ਨੇ। ਦੇਖੋ ਇੱਧਰ ਅਸੀਂ ਨਾ ਬਾਹਰ ਜਿਹੜੀ ਸਾਡੀ ਮਸ਼ੀਨ ਪਈ ਆ ਉਹਦੇ ਨਾਲ ਅਸੀਂ ਜ਼ਿਆਦਾਤਰ ਕੱਪੜੇ ਧੋਣੇ ਆ। ਇਹ ਹੈਗੀ ਐਟਕੋਮੈਟਿਕ, ਇਹ ਅਸੀਂ ਬਹੁਤ ਘੱਟ ਯੂਜ਼ ਕਰਦੇ ਹਾਂ, ਇਹ ਕਰਦੇ ਹਾਂ ਅਸੀਂ ਸਰਦੀਆਂ ਵਿੱਚ। ਚਲੋ ਜੀ ਹੁਣ ਆਪਾਂ ਤੁਹਾਨੂੰ ਅਗਲਾ ਤਰੀਕਾ ਦੱਸਦੇ ਹਾਂ ਵੀ ਆਪਾਂ ਨੇ ਜੇ ਕੱਪੜੇ ਛੇਤੀ ਤੋਂ ਛੇਤੀ ਸੁਕਾਉਣੇ ਆ ਨਾ ਵੀ ਉਹ ਕਿਸ ਤਰੀਕੇ ਨਾਲ ਸੁਕਾਏ ਜਾਣਗੇ, ਮੈਂ ਤੁਹਾਨੂੰ ਹੁਣ ਦੱਸਦੀ ਹਾਂ। ਦੇਖੋ ਇਹ ਰਹਿੰਦਾ ਆਪਾਂ ਨੇ ਹੀਟਰ, ਅਤੇ ਆਪਾਂ ਨੇ ਹੁਣ ਹੀਟਰ ਲਾ ਦੇਣਾ ਹੈ। ਹੀਟਰ ਲਾਉਣ ਨਾਲ ਨਾ ਇਹਦੀ ਗਰਮੈਸ਼ ਦੇ ਨਾਲ ਨਾ ਇੰਨੀ ਛੇਤੀ ਕੱਪੜੇ ਸੁੱਕਣਗੇ ਨਾ ਬਹੁਤ ਜ਼ਿਆਦਾ। ਇਹਦਾ ਮਿੱਠੇ ਮਿੱਠੇ ਸੇਕ ਪਈ ਜਾਣਾ ਹੈ ਅਤੇ ਆਪਾਂ ਨੇ ਸਟੈਂਡ ਕਰ ਦੇਣਾ ਮੂਹਰੇ, ਅਤੇ ਬਹੁਤ ਜਲਦੀ ਨਾ ਇਸ ਤਰ੍ਹਾਂ ਤਰੀਕੇ ਨਾਲ ਕੱਪੜੇ ਸੁਕਾ ਸਕਦੇ ਹਾਂ ਤੁਸੀਂ ਸਰਦੀਆਂ ਦੇ ਵਿੱਚ। ਜੇ ਤੁਸੀਂ ਪੱਖਾ ਚਲਾਉਣਾ ਪੱਖੇ ਨਾਲ ਆਪਾਂ ਪੱਖਾ ਵੀ ਚਲਾਵਾਂਗੇ ਤਾਂ ਕਿ ਆਪਣੇ ਕੱਪੜੇ ਨਾ ਜਲਦੀ ਤੋਂ ਜਲਦੀ ਸੁੱਕ ਜਾਣ। ਜਿਵੇਂ ਮਰਜ਼ੀ ਤੁਸੀਂ ਨਾ ਹੱਥ ਵੀ ਸੇਕ ਸਕਦੇ ਹੋ। ਦੇਖੋ ਕੱਪੜੇ ਪਾਉਂਦੇ ਪਾਉਂਦੇ ਨਾ ਹੱਥ ਇੰਨੇ ਜ਼ਿਆਦਾ ਠੰਡੇ ਹੋ ਗਏ ਨਾ ਬਹੁਤ ਜ਼ਿਆਦਾ, ਅਤੇ ਸਾਰੀ ਰਾਤ ਆਪਾਂ ਹੀਟਰ ਚਲਾਵਾਂਗੇ ਇਹਦੇ ਗਰਮੈਸ਼ ਨਾਲ ਨਾ ਆਪਣੇ ਕੱਪੜੇ ਇੰਨੀ ਜ਼ਿਆਦਾ ਸੁੱਕ ਜਾਣੇ ਨਾ ਛੇਤੀ। ਇਹ ਤਰੀਕਾ ਤੁਸੀਂ ਵੀ ਆਪਣੇ ਘਰ ਦੇ ਵਿੱਚ ਨਾ ਵਰਤ ਕੇ ਜ਼ਰੂਰ ਦੇਖਿਓ। ਚਲੋ ਜੀ ਹੁਣ ਆਪਾਂ ਨੇ ਕੱਪੜੇ ਪਾ ਦਿੱਤੇ ਅਤੇ ਰਾਤ ਸਾਰੀ ਰਾਤ ਸੁੱਕੀ ਜਾਣਗੇ। ਹੁਣ ਆਪਾਂ ਵੀਡੀਓ ਦਾ ਐਂਡ ਇੱਥੇ ਕਰਦੇ ਹਾਂ, ਮਿਲਦੇ ਹਾਂ ਹੁਣ ਅਗਲੀ ਵੀਡੀਓ 'ਚ। ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੇ ਨਾ ਲਾਈਕ ਅਤੇ ਸ਼ੇਅਰ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ, ਅਤੇ ਇੱਦਾਂ ਹੀ ਆਪਾਂ ਸੋਹਣੇ ਵੀਡੀਓ ਪਾਉਂਦੇ ਰਹਾਂਗੇ।